ਕੈਨੇਡਾ ਦੀ ਸਿਆਸਤ ਵਿੱਚ ਉੱਭਰ ਰਿਹਾ ਨਾਂ ਹੈ ਜਗਮੀਤ ਸਿੰਘ। ਪਿਛਲੇ ਦਿਨੀ ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਦੁਆਰਾ ਪੰਜਾਬ ਨੂੰ ਸਵੈ ਅਧਿਕਾਰ ਦੇਣ ਦੀ ਗੱਲ ਕਹੀ ਗਈ ਹੈ। ਜਗਮੀਤ ਸਿੰਘ ਨੇ ਬਿਆਨ ਕੈਨੇਡਾ ਵਿੱਚ ਦਿੱਤਾ ਪਰ ਉਸਨੇ ਸਿਆਸੀ ਹਵਾਵਾਂ ਪੰਜਾਬ ਦੀਆਂ ਗਰਮ ਕਰ ਦਿੱਤੀਆਂ। ਵੱਖੋ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਗਮੀਤ ਸਿੰਘ ਦੇ ਇਸ ਬਿਆਨ ਦਾ ਆਪਣੇ ਆਪਣੇ ਸ਼ਬਦਾਂ ਰਾਹੀਂ ਵਿਰੋਧ ਕੀਤਾ। ਆਮ ਆਦਮੀ ਪਾਰਟੀ ਆਗੂ ਅਮਨ ਅਰੋੜਾ ਦੀ ਸੁਰ ਭਾਵੇਂ ਦਬਵੀਂ ਹੀ ਸੀ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਅਭਿੰਨ ਅੰਗ ਸੀ, ਹੈ ਅਤੇ ਰਹੇਗਾ। ਦੇਖੋ, ਮੈਂ ਸਮਝਦਾ ਕਿ ਜੋ ਸਾਡਾ ਜਗਮੀਤ ਸਿੰਘ ਨੇ ਕੈਨੇਡਾ ਦੇ ਵਿੱਚ ਤਰੱਕੀ ਕੀਤੀ, ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬੀ ਭਰਾ ਨੇ, ਇੱਕ ਗੁਰਸਿੱਖ ਭਰਾ ਵੀਰ ਨੇ ਸਾਡੇ ਨੇ ਬਾਹਰਲੇ 7 ਸਮੁੰਦਰ ਪਾਰ ਬਾਹਰਲੇ ਮੁਲਕਾਂ ਦੇ ਸਿਆਸਤ ਦੇ ਵਿੱਚ ਆਪਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ। ਪਰ ਮੈਂ ਸਮਝਦਾ ਕਿ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਪੰਜਾਬ ਹਿੰਦੁਸਤਾਨ ਦਾ ਅਭਿੰਨ ਅੰਗ ਸੀ, ਹੈ ਔਰ ਰਹਿਣਾ ਚਾਹੀਦਾ। ਸੋ ਉਹਨਾਂ ਨੇ ਜੋ ਕਿਹਾ ਉਹਨਾਂ ਦਾ ਆਪਦਾ ਥੋਟ ਪ੍ਰੋਸੈਸ ਹੋਊਗਾ, ਪਰ ਮੈਂ ਸਮਝਦਾ ਕਿ ਪੰਜਾਬ ਅੱਜ ਪੰਜਾਬ ਹਿੰਦੁਸਤਾਨ ਦੇ ਨਾਲ ਘੁੱਗ ਵਸਣਾ ਚਾਹੀਦਾ। ਕੌਣ ਇੰਡੀਵਿਜੁਅਲ ਕੀ ਬਿਆਨ ਦਿੰਦਾ ਉਹਦੇ ਵਿੱਚ ਆਪਾਂ ਨੂੰ ਪੈ ਕੇ ਆਪਦੇ ਜਿਹੜੇ ਮੇਨ ਮਕਸਦ ਤੋਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਤੋਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰ ਇੱਕ ਦੀ ਆਪਣੀ ਆਪਣੀ ਰਾਏ ਹੋਣ ਦੀ ਗੱਲ ਕਹਿੰਦਿਆਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਇਨਸਾਫ ਦੀ ਗੱਲ ਕਹੀ। ਹਰ ਇੱਕ ਬੰਦੇ ਦੀ ਆਪਣੀ ਆਪਣੀ ਰਾਏ, ਇੱਕੋ ਗੱਲ ਇਹ ਹੈ ਅਸੀਂ ਚਾਹੁੰਦੇ ਹਾਂ ਅਮਨ ਸ਼ਾਂਤੀ। ਸਾਡਾ ਜਿਹੜਾ ਮੁੱਦਾ ਅਕਾਲੀ ਦਲ ਦਾ ਮਾਟੋ ਕਹਿ ਲਓ ਜਾਂ ਕੋਈ ਅਮਨ ਸ਼ਾਂਤੀ ਭਾਈਚਾਰਕ ਸਾਂਝ, ਅਸੀਂ ਕੋਈ ਇੱਥੇ ਗੜਬੜ ਨਹੀਂ ਚਾਹੁੰਦੇ। ਕੋਈ ਪੁਰਾਣਾ ਸਮਾਂ ਜਿਹੜਾ ਇੱਥੋਂ ਦੇ ਟੱਪਿਆ ਲੋਕਾਂ ਨੇ ਆਪਣੇ ਪਿੰਡਿਆਂ ਦੇ ਹਟਾਇਆ ਹੈ ਉਹ ਇੱਥੇ ਆਵੇ, ਲੇਕਿਨ ਇਹ ਠੀਕ ਹੈ ਕਿ ਇਨਸਾਫ ਮਿਲਣਾ ਚਾਹੀਦਾ। ਭਾਵੇਂ ਸਿਆਸੀ ਆਗੂਆਂ ਨੇ ਇਸ ਮਾਮਲੇ 'ਤੇ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਜਤਾਇਆ, ਪਰ ਦੇਖਣਾ ਇਹ ਹੋਵੇਗਾ ਕਿ ਆਖਿਰ ਬਿਆਨਬਾਜ਼ੀਆਂ ਲਈ ਇਹ ਮਸਲਾ ਮੁੜ ਉਛਾਲਿਆ ਜਾਂਦਾ ਹੈ ਜਾਂ ਠੰਡੇ ਬਸਤੇ ਵਿੱਚ ਪਾ ਕੇ ਖਤਮ ਕਰ ਦਿੱਤਾ ਜਾਂਦਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।